ਅਸੀਂ ਜਾਣਦੇ ਹਾਂ ਕਿ 5 ਤੇ 6 ਦਸੰਬਰ 1705 ਦੀ ਅੱਧੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ ਔਰ ਉਸ ਤੋਂ ਚੱਲ ਕੇ ਆਪ ਕੋਟਲਾ ਨਿਹੰਗ ਖਾਨ ਵਿੱਚ ਰਹੇ ਆ ਸਾਰਾ ਦਿਨ ਅਤੇ 6 ਤਾਰੀਖ ਦੀ ਰਾਤ ਨੂੰ ਉੱਥੋਂ ਚੱਲ ਕੇ ਚਮਕੌਰ ਵੱਲ ਚਲੇ ਗਏ। ਚਮਕੌਰ ਦੀ ਗੜੀ ਵਿੱਚ ਜਦੋਂ ਪਹੁੰਚੇ ਨੇ 7 ਤਰੀਕ ਦੀ ਸਵੇਰ ਨੂੰ ਅਤੇ ਦੁਪਹਿਰ ਵੇਲੇ ਤੱਕ ਕਿਸੇ ਨੇ ਜਾ ਕੇ ਖਬਰ ਦੇ ਦਿੱਤੀ ਥਾਣੇ ਰੋਪੜ ਦੇ ਕਿ ਸਿੱਖ ਉੱਥੇ ਆਏ ਬੈਠੇ ਨੇ, ਉਹਨਾਂ 'ਚ ਸ਼ਾਇਦ ਗੁਰੂ ਗੋਬਿੰਦ ਸਿੰਘ ਵੀ ਉਹਨਾਂ ਨੇ ਦੱਸਿਆ ਹੋਵੇਗਾ। ਅਤੇ ਉਸ 'ਤੇ ਜਿੰਨੀ ਫੌਜ ਸੀ ਤਕਰੀਬਨ 700 ਮਲੇਰਕੋਟਲੇ ਤੋਂ ਆਏ ਹੋਏ ਸਨ, ਉਹ ਚਮਕੌਰ ਵੱਲ ਚੱਲ ਪਏ। ਜਿਸ ਤਰ੍ਹਾਂ ਅਸੀਂ ਜਾਣਦੇ ਚਮਕੌਰ ਵਿੱਚ ਲੜਾਈ ਹੋਈ ਹੈ ਅਤੇ ਚਮਕੌਰ ਦੀ ਲੜਾਈ ਵਿੱਚ 38 ਸਿੱਖ, 2 ਸਾਹਿਬਜ਼ਾਦੇ ਅਤੇ 3 ਪਿਆਰੇ ਪੰਜਾਂ 'ਚੋਂ ਸ਼ਹੀਦ ਹੋ ਗਏ। ਪਹਿਲੇ ਦਿਨ 7 ਤਰੀਕ ਦੀ ਸ਼ਾਮ ਤੱਕ ਅੰਦਰ ਸਿਰਫ 5-6 ਜਣੇ ਰਹਿ ਗਏ ਸਨ ਗੁਰੂ ਜੀ ਨਾਲ, ਜਿਨ੍ਹਾਂ 'ਚ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਰਾਮ ਸਿੰਘ ਅਤੇ ਦਇਆ ਸਿੰਘ ਪ੍ਰੋਹਤ ਸ਼ਾਇਦ ਨਾਲ ਸੀ ਕਿ ਬਾਅਦ 'ਚ ਆਇਆ, ਮੇਰਾ ਖਿਆਲ ਨਾਲ ਹੀ ਹੋਣਾ ਚਾਹੀਦਾ ਕਿਉਂਕਿ ਇੰਨੀ ਛੇਤੀ ਉਹਦੇ ਗੁਰੂ ਸਾਹਿਬ ਨਾਲ ਸ਼ਾਮਿਲ ਹੋਣਾ ਮੁਮਕਿਨ ਨਹੀਂ ਸੀਗਾ। ਸੋ ਇਹ 5 ਜਣੇ ਅਤੇ ਗੁਰੂ ਸਾਹਿਬ ਉੱਥੇ ਰਹਿ ਗਏ ਅਤੇ 45 ਜਣੇ ਸ਼ਹੀਦ ਹੋ ਗਏ। ਟੋਟਲ ਦੇ ਹਿਸਾਬ ਨਾਲ 50 ਬੰਦੇ ਸਨ ਅੰਦਰ ਗੜੀ ਵਿੱਚ। ਤੋ ਗੁਰੂ ਸਾਹਿਬ ਰਾਤ ਨੂੰ ਅੱਧੀ ਰਾਤ ਨੂੰ ਜਿਹੜੇ ਉਹ ਨਬੀ ਖਾਨ ਅਤੇ ਗਨੀ ਖਾਨ ਦੋ ਭਰਾਵਾਂ ਦੀ ਮਦਦ ਦੇ ਨਾਲ ਉੱਥੋਂ ਨਿਕਲ ਗਏ ਆ ਬਚ ਕੇ, ਉਹਨਾਂ ਦੇ ਨਾਲ ਇੱਕ ਕਰਕੇ ਬਾਕੀ ਦੇ 3 ਹਜ਼ਾਰ ਸਿੰਘ ਵੀ ਜਿਹੜੇ ਚਲੇ ਗਏ ਆ। ਪਿੱਛੇ ਰਹਿ ਗਏ ਸੰਗਤ ਸਿੰਘ ਅਤੇ ਸੰਤ ਸਿੰਘ ਜਿਹੜੇ ਅਗਲੇ ਦਿਨ ਸ਼ਹੀਦ ਹੁੰਦੇ ਆ। ਤੋ ਅਸੀਂ ਜਾਣਦੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਚਮਕੌਰ ਤੋਂ ਚੱਲ ਕੇ ਮਾਛੀਵਾੜਾ ਪਹੁੰਚੇ ਆ, 2-3 ਦਿਨ ਮਾਛੀਵਾੜਾ ਰਹੇ ਆ। ਉੱਥੋਂ ਮਾਛੀਵਾੜਾ ਤੋਂ ਜਦੋਂ ਚੱਲੇ ਆ ਉੱਚ ਦਾ ਪੀਰ ਬਣ ਕੇ ਅਤੇ ਫਿਰ ਕੀੜੀ ਪਠਾਣਾ ਘੁੰਗਰਾਲੀ ਮਾਨੂਪੁਰ ਅਜਨੇਰ ਪਹੁੰਚੇ ਆ। ਅਜਨੇਰ ਰਾਤ ਨੂੰ ਉੱਥੇ ਹਾਜ਼ੀ ਚਿਰਾਗ ਸ਼ਾਹ ਦੇ ਡੇਰੇ 'ਤੇ ਰਹੇ ਆ, ਉਹਦੇ ਘਰ ਵਿੱਚ ਰਹੇ ਆ। ਇਸ ਤੋਂ ਬਾਅਦ ਅਗਲੇ ਦਿਨ ਜਦੋਂ ਉੱਥੇ ਚੱਲੇ ਅਤੇ ਮਲਕਪੁਰ ਲੱਲਾਂ ਕਟਾਣਾ ਰਾਮਪੁਰ ਤੋਂ ਹੁੰਦੇ ਰਾਤ ਦੁਰਾਹੇ ਉਹਨਾਂ ਕੱਟੀ ਹੈ, ਦੁਰਾਹੇ ਤੋਂ ਕਨੇਸ਼ ਅਤੇ ਆਲਮਗੀਰ ਹੁੰਦੇ ਹੋਏ ਫਿਰ ਹੇਹਰ ਪਹੁੰਚੇ ਆ। ਹੇਹਰ ਤੋਂ ਆਪ ਲੰਮੇ ਜੱਟਪੁਰੇ ਪਹੁੰਚੇ ਜਿੱਥੇ ਰਾਏ ਕਲਾ ਦੇ ਨਾਲ ਗੱਲਬਾਤ ਹੋਈ, ਉੱਥੇ ਰਹੇ ਆ। ਫਿਰ ਉਹਨਾਂ ਨੂੰ ਸਲਾਮ ਤੋਂ ਖਬਰ ਆ ਗਈ ਹੈ। ਫਿਰ ਆਪ ਤਖਤੂਪੁਰਾ ਮਧੇਹ ਅਤੇ ਪਦੌੜ ਹੁੰਦੇ ਹੋਏ 20 ਦਸੰਬਰ ਨੂੰ ਦੀਨਾ ਪਹੁੰਚੇ ਆ। ਦੀਨਾ ਕਾਂਗੜ ਦੇ ਬਿਲਕੁਲ ਨਾਲ ਹੈ, ਹੁੰਦਿਆਲਪੁਰਾ ਭਾਈਕਾ ਵੀ ਨਾਲ ਹੈ, ਜਿੱਥੇ ਬੈਠ ਕੇ ਆਪਣੇ ਔਰੰਗਜ਼ੇਬ ਨੂੰ ਖਤ ਲਿਖਿਆ, ਜਿਹਦੇ ਬਾਰੇ ਕਿਹਾ ਜਾਂਦਾ ਵੀ ਜ਼ਫਰਨਾਮਾ। ਜ਼ਫਰਨਾਮਾ ਉਹ ਖਤ ਨਹੀਂ ਹੈ, ਕਿਸੇ ਨੇ ਕਵਿਤਾ ਲਿਖੀ ਹੈ ਇਸ ਇਸ਼ੂ 'ਤੇ। ਜ਼ਫਰਨਾਮਾ ਜਿਹੜੇ ਗੁਰੂ ਸਾਹਿਬ ਨੇ ਲਿਖੀ ਸੀ ਚਿੱਠੀ, ਉਹ ਇੱਕ ਅੱਧੇ ਸਫ਼ੇ ਦੀ ਹੋਵੇਗੀ, ਜਿਹੜੀ ਕਿ ਔਰੰਗਜ਼ੇਬ ਨੂੰ ਖਤ ਲਿਖਿਆ ਜਿਹਨੂੰ ਪਹੁੰਚਾਉਣ ਵਾਸਤੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੂੰ ਉਹਨਾਂ ਨੇ ਭੇਜ ਦਿੱਤਾ। ਉਹ ਔਰੰਗਾਬਾਦ ਚਲੇ ਗਏ ਦੋਨੇ ਜਣੇ ਅਤੇ ਦੀਨਾ ਕਾਂਗੜ ਤੋਂ ਫਿਰ ਗੁਰੂ ਸਾਹਿਬ ਚਿੱਠੀ ਲਿਖਣ ਤੋਂ ਬਾਅਦ ਅਗਲੇ ਦਿਨ ਰੁਖਾਲਾ ਭਗਤਾ ਵਾਂਦਰ ਬਰਗਾੜੀ ਵੱਲ ਚਲੇ ਗਏ, ਉੱਥੇ ਪਹੁੰਚੇ ਆ। ਅਤੇ ਇਸ ਤੋਂ ਬਾਅਦ ਫਿਰ ਗੁਰੂ ਸਾਹਿਬ ਦੀ ਭਾਲ ਵਿੱਚ ਪਿੱਛੋਂ ਪੱਟੀ ਜਿਹੜੀ ਹੈ, ਇਸ ਤੋਂ ਬਾਅਦ ਬਹਿਬਲ ਸਰਾਵਾਂ ਅਤੇ ਢਿਲਵਾਂ ਕਲਾਂ ਪਹੁੰਚੇ। ਢਿਲਵਾਂ ਕਲਾਂ ਵਿੱਚ ਰਾਤ ਰਹੇ ਨੇ। ਇਸ ਵੇਲੇ ਆਪ ਨੂੰ ਕਾਫੀ ਸਿੰਘ ਹੋ ਚੁੱਕੇ ਸਨ। ਇਹਨਾਂ ਵਿੱਚੋਂ ਜਿਹੜੇ 4 ਸਿੰਘ ਤਾਂ ਚਮਕੌਰ ਤੋਂ ਆਏ ਸਨ ਅਤੇ ਕੁਝ ਦੀਨਾ ਵਗੈਰਾ ਤੋਂ ਰਲ ਗਏ ਸਨ। ਤੋ ਢਿਡਵਾਂ ਵਿੱਚ ਰਾਤ ਰਹਿਣ ਤੋਂ ਬਾਅਦ ਆਪ ਸੁਨਿਆਰ ਪਿੰਡ ਅਤੇ ਫਿਰ ਕੋਟਕਪੂਰਾ ਗਿਆ। ਕੋਟਕਪੂਰਾ ਵਿੱਚ ਕਪੂਰਾ ਸਿੰਘ ਨੇ ਆਪ ਨੂੰ ਆਪਣੀ ਭੈਣ ਕੋਲ ਤਲਵੰਡੀ ਸਾਬੋ ਭਾਈ ਡੱਲਾ ਦੇ ਘਰ ਜਾਣ ਦੀ ਸਲਾਹ ਦਿੱਤੀ, ਕਿਉਂਕਿ ਉਹ ਇਲਾਕਾ ਸੇਫ ਸੀਗਾ, ਕਿਉਂਕਿ ਉਹ ਜੰਗਲ ਦੇਸ਼ ਸੀ, ਨਾਲੇ ਉਹ ਮੁਲਤਾਨ ਸੂਬੇ 'ਚ ਸੀ, ਲਾਹੌਰ ਸੂਬੇ ਜਾਂ ਸਲਾਮ ਦੇ ਅੰਡਰ ਨਹੀਂ ਸੀ ਆਉਂਦਾ। ਤੋ ਤਲਵੰਡੀ ਸਾਬੋ ਕਪੂਰ ਸਿੰਘ ਨੇ ਉਹਨਾਂ ਨੂੰ ਗੁਰਸਾਹਿਬ ਨੂੰ ਘੋੜਾ ਵੀ ਦਿੱਤਾ। ਅਤੇ ਜਦੋਂ ਇੱਥੋਂ ਚੱਲ ਕੇ ਆ 29 ਦਸੰਬਰ ਦੀ ਸਵੇਰ ਨੂੰ ਪਿੰਡ ਰੁਪਿਆਣਾ, ਜਿਹਨੂੰ ਰੁਪਾਣਾ ਵੀ ਕਹਿੰਦੇ ਆ, ਉੱਥੇ ਤੱਕ ਪਹੁੰਚੇ ਆ। ਅਤੇ ਇਹਨਾਂ ਨੂੰ ਖਬਰ ਮਿਲੀ ਹੈ ਕਿ ਮਾਝੇ ਤੋਂ ਆ ਰਿਹਾ ਇੱਕ ਸਿੱਖਾਂ ਦਾ ਜੱਥਾ ਜਿਹੜਾ ਉਹ ਗੁਰੂ ਸਾਹਿਬ ਨੂੰ ਲੱਭਦਾ ਜਿਹੜਾ ਉਹ ਪਿੱਛੇ ਆ ਰਿਹਾ, ਉਹ ਆ ਰਿਹਾ। ਅਤੇ ਗੁਰੂ ਸਾਹਿਬ ਜਿਹੜੇ ਨੇ ਉਸੇ ਵੇਲੇ ਰੁਪਿਆਣਾ ਦੀ ਜੂਹ ਵਿੱਚ ਰੁਕ ਗਏ ਨੇ। ਅੱਜ ਕੱਲ੍ਹ ਜਿੱਥੇ ਰੁਕੇ ਸੀ ਉਸ ਥਾਂ 'ਤੇ ਪਿੰਡ ਮੱਲਣ ਸੋਢੀਆਂ ਬਣਿਆ ਹੋਇਆ ਵਸਿਆ ਹੋਇਆ ਹੈ। ਤੋ ਇਹ ਸਾਰੇ ਸਿੱਖ ਜਿਹੜੇ ਪੱਟੀ ਜਿਹੜਾ ਕਿ ਉਦੋਂ ਜ਼ਿਲ੍ਹਾ ਲਾਹੌਰ 'ਚ ਸ਼ਾਮਿਲ ਸੀ, ਫਿਰ ਅੰਮ੍ਰਿਤਸਰ ਵਿੱਚ ਅਤੇ ਹੁਣ ਤਰਨ ਤਾਰਨ ਵਿੱਚ ਸ਼ਾਮਿਲ ਹੈ ਅਤੇ ਚਵਾਲ ਦੇ ਇਲਾਕੇ ਵਿੱਚੋਂ ਆਏ ਸਨ। ਉਹਨਾਂ ਦਿਨਾਂ 'ਚ ਜਦੋਂ ਪੱਟੀ 'ਚ ਭਾਈ ਦੇਸਰਾਜ ਵੜੈਚ ਦੀ ਮੌਤ ਹੋਣ ਕਰਕੇ ਉਹਨਾਂ ਦੇ ਵਾਸਤੇ ਭੋਗ ਜਿਹੜਾ ਪਾਇਆ ਗਿਆ ਸੀਗਾ, ਉਹਦੇ 'ਚ ਇਲਾਕੇ ਦੇ ਬਹੁਤ ਸਾਰੇ ਸਿੱਖ ਪਹੁੰਚੇ ਹੋਏ ਸਨ। ਉੱਥੇ ਹੀ ਕਿਸੇ ਨੇ ਜ਼ਿਕਰ ਛੇੜਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿਵੇਂ ਅਨੰਦਪੁਰ ਸਾਹਿਬ 'ਚੋਂ ਨਿਕਲਣਾ ਪਿਆ, ਕਿਵੇਂ 2 ਸਾਹਿਬਜ਼ਾਦੇ ਜਿਹੜੇ ਆ ਉਹ ਚਮਕੌਰ ਦੀ ਲੜਾਈ ਵੀ ਸ਼ਹੀਦ ਹੋ ਚੁੱਕੇ ਹਨ। ਇਸੇ ਤਰ੍ਹਾਂ ਵੀ ਸਰਹੰਦੀ ਅਤੇ ਮਾਤਾ ਜੀ ਦੀ ਗੁਜਰੀ ਦੀ ਵੀ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਵੀ ਆ ਚੁੱਕੀ ਸੀ।
तो इस वे सारे ने यह सुन के बड़ा अफसोस जाहिर किया तो कहा कि सानू आनंदपुर साहब जो हालात पता नहीं सन, वरना असी आके गुरु साहब की रस् उ रस्ते ची या चमकौर च भी मदद कर सकते। तो उस समय एक बंदे ने जिक्र किया भी याद रहे कि इतने अगे भी साढ़े माझे के उत्ते लग चुका भी असी गुरु साहब के जरूरत वेले जे भज के सन। दुनी चंद की असी सारे जानते हाँ कि दुनी चंद जोड़ा वो उतों 31 अगस्त 1700 की रात को जो तो अगले दिन हाथी का मुकाबला करना पैना सीगा तो उदो दुनी चंद जोड़ा वो उतों डर के भज के आ गया सीगा। तो दुनी चंद मसंद दे जान तो बाद वैसे तो वो पोत्या सरूप सिंह ते अनूप सिंह ने जोड़ा वो गुरु साहब जी को जाके माफ़ी भी मंगी सी ते वो दोनों ने फिर जोड़ा निरमोहगढ़ की लड़ाई जी शहीदी भी 8 अक्टूबर 1700 दे दिन दिती सी। 8 अक्टूबर 1700 निरमोहगढ़ की लड़ाई में शहीद होए सन। हुण ये सारे ने विचार की भी गुरु साहब की असी जेकर उदों असी जोड़ा दुनी चंद मसंद दे वाली घटना हुई है वो साढ़े ते अजे तक बदमा दाग लगा उन्होंने धोना तो अजे अगली गल है असं तो गुरु साहब नाल जाके मिजाज पुरसे भी नहीं कर सके। तो उन्होंने फैसला किया भी गुरु साहब नूं लभीए क्योंकि भाग सिंह ते दरबाग सिंह जिहड़े आ माई भाग कौर जिहनूं भागो भी कहिंदे ने माई भागो दे भरा सन ढिल्लो भाई ढिल्लो लगा जिहड़ा सीगा लगा जिहड़ा सिख गुरु साहब दे नाल छेवीं पातशाही पंजवीं पातशाही तो जिहड़ा संबंधित रहा उस परिवार दे विचों सन। ते सो चौधरी सी भाग सिंह पिंड सब तो वड्डा भाग सिंह उह छोटा भरा दिलबाग सिंह सी माई भाग कौर दा। तो भाग सिंह जिहड़ा सीगा अगे इस तरह ही होया करदा सी वड्डियां दे नां ते छोटियां दे नां रखे जांदे सन। जे वड्डा मुंडा होवे ते कुड़ी जिहड़ी है उहदा नां उहदे नां ते वड्डी कुड़ी होवे ते मुंडे दा नां उहदे नां ते। साडे कोल सिक्खी च सब तो पहला इस तरह दा नां जिहड़ा बेबे नानकी दा नानकी दे नां ते उहदे भरा दा नां नानक रख्या गया। इस तरह भाग कौर ते भाग सिंह दे नां जिहड़े ने इह भाग सिंह दा नां पहला रख्या गया भाग कौर जिहड़ी उह छोटी सी इस करके उहदा नाम उहदे ते रख्या गया। तो ये क्योंकि चौधरी सीगा इलाके का चबाना का तो भाग सिंह ने कहा भी चलो आप गुरु जी ने मिलीए तो वह समझौता जोड़ा लाहौर के सूबेदार राही जोड़ा सरहद सूबे के नाल ही करवा दईए। तो यह सोच के दिमाग तो उन्होंने ये भी असं ये करा अपने टौर बनाने चाहते सन। तो चल के पट्टी तो चले आ चल के मखू तो जीरा होंगे हुए वो जोड़े आतो दीना कांगड़ वाल चल पे। तो मोके के कोट जो पहुंचे तो उन्होंने पता लगा भी दीना कांगड़ तो वह तलवंडी साबो गुरु साहब चले गए हैं तो इस वे रामेआना तो रुपयाना के रस्ते हैं। तो यह 40 सिंह माई भाग कौर जोड़े ने इन्होंने रुपयाना वाल मूह कर रहा तो जिते हम पिंड जिस तरह मैं जिक्र करके हटियाँ रुपयाना की रोही जिथे हम पिंड मलन सोटियाँ उत्थे जाके इन्हों का गुरु साहब ने मेल हो गया। गुरु साहब ने चादर हेठा बिछा लिया तो बैठ के सारे जने बैठन लग्या बैठिया बैठिया भाई भाग सिंह जिस तरह वो सोच के आया सीगा उसने गल छेड़नी शुरू करती पहला तो मिजाज पुरसे की साहबजाद के माता जी का शहीदी सिंह दिया शहीदियों के उत्ते जोड़ा उसने मातम पुरसी मजाक की ना ही हम कुछ चर बाद भाई भाग सिंह चौधरी भाग सिंह झवाल ढिडों ने कहना शुरू करता भी गुरु साहब मेरी तो लाहौर के सूबेदार नाल बहुत नेड़ता है क्योंकि मैं पिंड का चौधरी हाँ तो उंज चाहो तो मैं इस सूबेदार राही या किसी होर रसूख से रहे क्योंकि मेरे मुगल दरबार में होर भी ताल्लुक ने सब संबंध है तो मैं वह ताल्लुक नाल तुहाडा जिहड़ा राबता जिहड़ा सरहद सूबेदार नाल करा देना तो जो जिहड़ा तुसीं आनंदपुर साहब वापस जा सको। तो गुरु साहब नूं इस गल ते आया बई तुसीं मेरी सुलाह करवाउण आए हो कि मैनूं मिलण आए हो दर्शन करन आए हो कि सलाहां देण आए हो कि हदायतां देण आए हो। तो गुरु साहब ने कहा भी तुहाडी ये जिहड़ी समझौता कराने की सलाह उदों कित्थे सी जदों गुरु अर्जन साहब नूं शहीद किया गया सी उदों कित्थे सी जदों गुरु हरगोबिंद साहब नूं शहीद किया गया सी उदों कित्थे सी जदों गुरु तेग बहादुर साहब नूं शहीद किया गया सी उदों तुहाडा इस समझौते की गल जिहड़ी है उदों इह बादशाह जिहड़े आ इह सूबेदार इन्हां नाल तुहाडी गलबात ना चली। तो जद गुरु साहब ने कहा ਤਾਂ ਭਾਗ ਸਿੰਘ ਜਿਹੜਾ ਚੌਧਰੀ ਹੋਣ ਦੇ ਨਾਤੇ ਜਿਸ ਤਰ੍ਹਾਂ ਆਕੜ ਹੋਇਆ ਕਰਦੀ ਹੈ ਵਜ਼ੀਰਾਸਰ ਅਤੇ ਚੌਧਰੀਆਂ ਦੇ ਜਥੇਦਾਰਾਂ ਦੀ ਇਸ ਤਰ੍ਹਾਂ ਦੀ ਆਕੜ ਭਾਗ ਸਿੰਘ ਸੀ ਤਾਂ ਭਾਗ ਸਿੰਘ ਨੇ ਕਿਹਾ ਵੀ ਗੁਰੂ ਸਾਹਿਬ ਜੇ ਤੂੰ ਸਾਡੀ ਸਲਾਹ ਹੀ ਨਹੀਂ ਮੰਨੀ ਤਾਂ ਫਿਰ ਤੁਸੀਂ ਸਾਡੇ ਕਾਹਦੇ ਗੁਰੂ ਜੇ ਜੇ ਤੁਸੀਂ ਸਾਡੇ ਆਖੇ ਨਹੀਂ ਲੱਗਣਾ ਤਾਂ ਅਸੀਂ ਤੁਹਾਨੂੰ ਆਪਣਾ ਫਿਰ ਗੁਰੂ ਮੰਨ ਕੇ ਕੀ ਲੈਣਾ ਹੈ ਜੇਕਰ ਸਾਡਾ ਇੰਨਾ ਵੀ ਤੁਸੀਂ ਮਾਣ ਨਹੀਂ ਰੱਖਦੇ। ਤਾਂ ਗੁਰੂ ਸਾਹਿਬ ਨੇ ਕਿਹਾ ਭਈ ਮੈਂ ਤੁਹਾਨੂੰ ਸੱਦਿਆ ਨਹੀਂ ਸੀ ਵੀ ਤੁਸੀਂ ਮੇਰਾ ਸਮਝੌਤਾ ਕਰਾ ਦਿਓ ਤੁਸੀਂ ਆਪ ਆਇਓ
मिलन आयो तुहाडा शुक्रिया। पर जे तुहानू मेरे नाल रहना नहीं मंजूर, मेरी सिखी नहीं मंजूर, सिख बनना नहीं मंजूर, तो बधावा दे दिओ। तो उन्होंने गुस्से विच आके कागज़ के उत्ते लिखता भी ना तुसी साडे गुरु ते ना असी तुहाडे सिख। इहदे ते भाग सिंह ते दिलबाग सिंह ने दस्तखत कर दिते क्योंकि दोवें सके पासी आकड़ वाले। तो मान सिंह निशांची जो जिहड़ा सी ना गुरु साहब दे नाल सी उहने कागज़ कलम दुआत रखी है, यह दो लाइना लिख के ते उहने उहदे ते दस्तखत कर दिते दिलबाग सिंह ते भाग सिंह ने। ते उहनां दे नाल जिहड़े करबारा सिंह ते गंडा सिंह उहनां ने भी दस्तखत कर दिते, बाकी दे सारे सिंघां ने दस्तखत नहीं कीते। तो इन्नी चेची खबर उह निकल गए, गुरु गुरु खबर आई कि पिछों सरहंद दीआं फौजां आ रहीआं ने, उह बड़ी वड्डी फौज आ रही है जिहड़ी लभदी लभदी है तो तुहाडा पिछा कर रही है। तो गुरु साहब ने कहा भी ठीक है, गुरु साहब ने कागज़ जेब छुपाया उन्होंने लिखा एकदम ही, और उतो गुरु साहब अपने नाल जिन्ने गिनती के साथी से चल पे। इस तरह ही 40-41 जड़े ने यह भी अपना इन्होंने रस्ता दिया, तो यह जिते मुक्तसर होना खुराणा की ढाब उस इलाके वालों हो कि इन्होंने पट्टी जाना सी। तो रस्ते अजे रुके ही रस्ते च ही सन अजे कि उन्होंने माई भाग कौर ने मेहना मारिया, बई भाई तुसीं तां गुरु साहब कोलों असीसां लैन आए सो, तुसीं कुछ लैन आए सो, ते तुसीं तां सारा कुछ गुआ के चले हो, तुसीं अज उही कर चले हो जिहड़ी दुनिया चंद धारीवाल जिहड़ा सी उह कर चलिया कर गया सीगा। सो इस तरह दे गल्लां सुण के ते उहनां दे मन विच जिहड़ी थोड़ी शर्म महसूस हुई, उहने कहा भी रुको तुसीं अजे मौका है, गुरु साहब बहुत ही दूर नहीं गए होणगे, आओ आपां उहनां दे पिछे जाइए ते उहनां कोलों माफ़ी मंग लईए। तो यह अजे गल की सी नाले खिदरान की ढाब से पहुंचे सन, उन्होंने प्यास लगी पानी पीन लग पाया। इन्हें च पिछों सरहंद दीआं फौजां आ गई ने, और उन्होंने फौजा ने सिख देखिया तो उत्थे ही उन्होंने उन्होंने हमला कर दिता, और 40 सिंघां ने डट के मुकाबला शुरू करता। मुकाबले करद्या करद्या जिहड़ा वो क्योंकि फौज बहुत ज़्यादा सीगा ते वह तकरीबन सारे जने शहीद हो गए, जिन्हां चों 3 बुरी तरह जख्मी सन, बाकी शहीद हो चुके सन। जिहड़े जख्मी सन वह सन भाई राय सिंह जिहड़े भाई मनी सिंह दे कज़न सन, उन्हां दा पुत्तर भाई मां सिंह, अते तीजा सीगा सुंदर सिंह, भाई सुंदर सिंह ये पिंड झल्लियां वाला दा एक ब्राह्मण सीगा। तो ये जिहड़े ने सन, बाकी 37 दे जिहड़े सन वह शहीद हो चुके सन। तो जदों ये सारे जने शहीद हो गए या बुरी तरह जख्मी हो गए तो फौजां ने महसूस किया भी हुण सानूं इत्थे रुकन दा मतलब ही कोई नहीं, उन्हां भी पानी पीता तो अगे वल चल पाए। रस्ते च किसी ने कहा भी अगे जे जाना भी है तुसीं गुरु साहिब दा पिछा करना तो रेगिस्तान है, उत्थे तुहानूं पानी नहीं मिलना, फौज तुहाडी बहुत ज़्यादा है तो प्यास ना मारे जाओगे। तो यह सोच के या दूजा ये उन्होंने किसी ने ना भी किया हो सोच के भी असी तो सारे नूं मार दिता है तो वापस चले गए। थोड़ी जी देर बाद गुरु साहब भी उस थान पर पहुँचे ने, उन्होंने वेख्या जो सारे जने शहीद होए पे आ, तो 3 जने बैठे आ, उन्होंने तिना की जख मरम पट्टी करने की कोशिश की जिड़ी कि वह नहीं सी हो सकती क्योंकि जख्म बड़े कारी सन और उन्होंने बचना नामुमकिन सी, असंभव सी। तो गुरु साहब ने देखिया भी हौली हौली जड़े ने वह भी अपने श्वास छड़े जा रहे हैं। सब तो पहला भाई सीतल सिंह ने श्वास छड़े आ झड्डियां वाले देने, फिर भाई राय सिंह ने छड़े आ, अखीर तक माह सिंह बच गया। तो ये विचकार जी एक घटना हुई है वह बड़ी सिख हिस्ट्री अहम थान रखती है कि भाई राय सिंह जो भाई माह सिंह का पिता है वह जो उन्होंने सीस गुरु साहब ने अपनी गोदी विच रखे है तो मूँह पूंजे है पर जख्म वो नहीं ठीक कर सके, तो गुरु साहब ने कह लगा भी हुण तां मैं चढ़ाई कर जानी है, तो जान लग्या मेरी एक ख्वाहिश जरूरी पूरी कर दिओ। और वह ख्वाहिश की है, गुरु साहब ने कहा हुक्म कर। उन्होंने कहा भी जो तुसीं इन्हां ने बेदावा भाग सिंह ने लिख दिता सी उस नूं पार दिओ, असीं वह बेदावा जिहड़ा असीं तां साइन कीते भी नहीं, दस्तखत नहीं कीते, पर फिर भी साड़ी अर्ज है भी वह बेदावा पार दिओ तां जो जिहड़े शहीद हो चुके ने यह भी जिहड़े ने सिख के तौर पर ही इस दुनिया तो शहीद होए मने जान। गुरु साहब ने एकदम बेदावा पार दिता, तो इन्हें ही भाई राय सिंह शहीद हो गया, भाई सीतल सिंह शहीद हो चुका सीगा। तो बाद च सब तो अखीर माह सिंह शहीद होया, तो आम तौर पर यह गल चल पई सी कि माह सिंह जिहड़ा है उस टाइम बेदावा पड़वाया सी। पुरानिया लिखता पटवियां विच भी है कि राय सिंह ने बेदावा पड़वाया सीगा, तो अखीर सब तो माह सिंह जिहड़ा चढ़ाई किया किसी भी किया पड़वाया, पर वह बेदावा जिहड़ा सी गुरु साहब ने पाड़ दिता और सारियां नूं फिर सिक्के विच शामिल कर लिया और अपने हत्थी उन्हां दा संस्कार किया। यह 29 दिसंबर 1705 की गल है जदों उन्हां दे शहीदियां होईयां, 30 दिसंबर नूं अगले दिन उन्हां दा संस्कार किया, तो उस जिहड़ियां उन्हां दीआं अस्थियां ने उस तरह जमीन च दबा दित्तियां और जमीन नूं पधरा करता तां जो कोई निशानी ना रह सके। अज उस थां ते खिदराणी दी ढाब दे उत्ते 40 मुक्तियां दा जिहड़ा मुख नां ते मुक्तसर बनिया और शहीदी अस्थान है और संगतां उत्थे जांदियां ने।
ਤੇ ਕਿਉਂਕਿ 29 ਦਸੰਬਰ 1705 ਦੇ ਦਿਨ ਜਿਹੜਾ ਉਦੋਂ ਮਾਘੀ ਦਾ ਮਾਘ ਮਹੀਨੇ ਦੀ ਪਹਿਲੀ ਤਰੀਕ ਸੀ, ਮਾਘੀ ਦਾ ਦਿਨ ਸੀਗਾ। ਤੋ ਇਸ ਕਰਕੇ ਕਿਉਂਕਿ ਗ੍ਰੈਗੋਰੀਅਨ ਕੈਲੰਡਰ ਬਣਾਉਣ ਕਰਕੇ 12-13 ਦਿਨ ਅੱਗੇ ਆ ਗਿਆ ਅਤੇ ਅਖੀਰੋ 13 ਜਨਵਰੀ ਨੂੰ ਲੋਹੜੀ ਆਉਣ ਲੱਗ ਪਈ। ਤੋ ਇਸ ਕਰਕੇ ਇਹ 13 ਜਨਵਰੀ ਜਿਹੜੀ ਹੈ ਉਹ ਲੋਹੜੀ ਤੋਂ ਅਗਲੇ ਦਿਨ ਮਾਘੀ ਦੇ ਦਿਨ ਮਨਾਇਆ ਜਾਂਦਾ ਹੈ ਅਤੇ 14 ਜਨਵਰੀ ਨੂੰ ਜਦੋਂ ਪਹਿਲੀ ਵਾਰੀ ਮਨਾਇਆ ਉਸ ਹਿਸਾਬ ਨਾਲ ਉਹ 11 ਦਿਨ ਜਿਹੜੇ ਅੱਗੇ ਕੀਤੇ ਗਏ ਸੀ ਹੌਲੀ ਹੌਲੀ 11-12 ਅੱਜ ਜਿਹੜਾ 13-14-15 ਦਿਨ ਅੱਗੇ ਹੋ ਚੁੱਕੇ ਨੇ। ਤੋ ਉਹ ਕੈਲਕੂਲੇਸ਼ਨ ਹੈ ਬੇਕਰਮੀ ਔਰ ਗ੍ਰੈਗੋਰੀਅਨ ਕੈਲੰਡਰ ਦੀ, ਜਿਹੜਾ ਕੌਮਾਂਤਰੀ ਕੈਲੰਡਰ ਇੰਟਰਨੈਸ਼ਨਲ ਕੈਲੰਡਰ ਹੈ, ਈਸਾਈ ਕੈਲੰਡਰ ਨਹੀਂ, ਨਾ ਜਿਹੜਾ ਬਿਕਰਮੀ ਕੈਲੰਡਰ ਬ੍ਰਾਹਮਣਾਂ ਦਾ, ਨਾ ਜਿਹੜਾ ਗ੍ਰੈਗੋਰੀਅਨ ਹੈ ਉਹ ਈਸਾਈਆਂ ਦਾ, ਉਹ ਜਿਹੜਾ ਦੁਨੀਆ 'ਚ ਸਭ ਤੋਂ ਜ਼ਿਆਦਾ ਮੰਨਿਆ ਜਾਂਦਾ, ਪ੍ਰਵਾਨ ਕੀਤਾ ਜਾਂਦਾ ਉਹ ਕੈਲੰਡਰ। ਉਸ ਹਿਸਾਬ ਨਾਲ ਜਿਹੜਾ ਮਾਘੀ ਦੀ ਪਹਿਲੀ 14 ਜਨਵਰੀ ਨੂੰ, ਅਤੇ ਜੇ ਕੈਲਕੂਲੇਟ ਕਰੀਏਗਾ ਤਾਂ 13 ਨੂੰ ਵੀ ਆਸਕ ਦੀ, 12 ਨੂੰ, ਇਸ ਤਰ੍ਹਾਂ ਆਸਕ ਦੀ, ਉਸ ਦਿਨ ਜਿਹੜਾ ਉਹ ਇਹ ਦਿਨ ਮਨਾਇਆ ਗਿਆ। ਸੋ ਇਹ ਜਿਹੜੇ ਨੇ ਇਹ ਸਨ ਮੁਕਤਸਰ ਦੇ 40 ਮੁਕਤੇ, ਜਿਨ੍ਹਾਂ ਵਿੱਚ ਸਾਨੂੰ ਸਾਰੇ ਨਾਂ ਤਾਂ ਨਹੀਂ ਮਿਲਦੇ ਪਰ ਕੁਛ ਨਾਂ ਜਿਹੜੇ ਮਿਲ ਜਾਂਦੇ ਨੇ, ਉਹ ਜਿਸ ਤਰ੍ਹਾਂ ਮੈਂ ਦੱਸਿਆ ਵੀ ਭਾਈ ਰਾਏ ਸਿੰਘ, ਭਾਈ ਮਨੀ ਸਿੰਘ ਦੇ, ਇਹਨਾਂ ਨੂੰ ਰਾਏ ਸਿੰਘ ਮੁਲਤਾਨੀ ਵੀ ਕਹਿੰਦੇ ਆ, ਉਦੋਂ ਮਰਦ ਮਾੜੀ ਪਿੰਡ ਵਿੱਚ ਰਿਹਾ ਕਰਦੇ ਸਨ, ਪਿੱਛੋਂ ਵੀ ਮੁਲਤਾਨ ਦੇ ਅਲੀਪੁਰ ਦੇ ਰਹਿਣ ਵਾਲੇ ਸਨ। ਤੋ ਭਾਈ ਮਨੀ ਸਿੰਘ ਦੇ ਇਹ ਭਾਈ ਸਨ, ਇਹਨਾਂ ਦੇ ਪੁੱਤਰ ਭਾਈ ਮਹਾਂ ਸਿੰਘ ਸਨ, ਇਸ ਤੋਂ ਬਾਅਦ ਭਾਈ ਸੀਤਲ ਸਿੰਘ ਸੀ ਜਿਹੜਾ ਕਿ ਭਾਈ ਰਾਏ ਸਿੰਘ ਦਾ ਪੁੱਤਰ, ਭਾਈ ਰਾਏ ਸਿੰਘ ਦਾ ਇੱਕ ਹੋਰ ਪੁੱਤਰ ਵੀ ਸੀ, ਯਾਨੀ ਕਿ ਇਹਨਾਂ ਵਿੱਚ ਸ਼ਹੀਦ ਹੋਣ ਵਾਲੇ ਭਾਈ ਰਾਏ ਸਿੰਘ ਦੇ 2 ਪੁੱਤਰ ਸਨ, ਭਾਈ ਮਹਾਂ ਸਿੰਘ ਦੇ ਨਾਲ ਭਾਈ ਸੀਤਲ ਸਿੰਘ। ਫਿਰ ਇਸ ਤਰ੍ਹਾਂ ਹੀ ਭਾਈ ਸੁੰਦਰ ਸਿੰਘ ਜਿਹੜਾ ਬ੍ਰਾਹਮਣ, ਜਿਸ ਤਰ੍ਹਾਂ ਮੈਂ ਜ਼ਿਕਰ ਕਰਕੇ ਹਟਿਆ, ਆਖਰੀ 3 ਵਿੱਚ ਸ਼ਹੀਦ ਹੋਣ ਵਾਲਿਆਂ 'ਚ ਉਹ ਸੀਗਾ ਪਿੰਡ ਝੱਡੀਆਂ ਵਾਲਾ ਦਾ। ਭਾਈ ਬੂਟ ਸਿੰਘ ਸੀਗਾ ਭਾਈ ਸੁੰਦਰ ਸਿੰਘ ਦਾ ਪੁੱਤਰ, ਭਾਈ ਭਾਗ ਸਿੰਘ, ਭਾਈ ਦਿਲਬਾਗ ਸਿੰਘ, ਇਹ ਦੋਨੇ ਜਿਹੜੇ ਨੇ ਭਾਗ ਕੌਰ ਦੇ ਭਰਾ ਸਨ। ਇਸ ਤਰ੍ਹਾਂ ਭਾਈ ਦਿਲਬਾਗ ਸਿੰਘ ਅਤੇ ਕਰਭਾਰਾ ਸਿੰਘ ਵੀ ਜਿਹੜੇ ਸਨ, ਇਹ ਵੀ ਇਹਨਾਂ ਦੇ ਪਿੰਡ ਦੇ ਸਨ, ਸ਼ਾਇਦ ਇਹ ਵੀ ਇਹਨਾਂ ਦੇ ਭਰਾ ਸਨ। ਫਿਰ ਗੰਡਾ ਸਿੰਘ ਸੀ, ਇਹ ਵੀ ਇਹਨਾਂ ਦਾ ਸ਼ਾਇਦ ਭਾਈ ਸੀਗਾ। ਸੋ ਇਹ ਭਾਗ ਸਿੰਘ, ਦਿਲਬਾਗ ਸਿੰਘ, ਸੱਕੇ ਭਾਈ ਸਨ, ਕਰਭਾਰਾ ਸਿੰਘ ਅਤੇ ਗੰਡਾ ਸਿੰਘ ਸ਼ਾਇਦ ਇਹਨਾਂ ਦੇ ਭਾਈ ਸਨ ਜਾਂ ਕਜ਼ਨ ਸਨ, ਇਹ ਵੀ ਅਜਿਹਾ ਜਾਂਦਾ ਵੀ ਇਹਨਾਂ ਦੇ ਭਾਈ ਸਨ। ਫਿਰ ਭਾਈ ਸੁਲਤਾਨ ਸਿੰਘ ਵੜੈਸ਼ ਸੀਗਾ ਜਿਹੜਾ ਕਿ ਭਾਈ ਦੇਸ ਰਾਜ ਵੜੈਸ਼ ਦਾ ਪੁੱਤਰ ਸੀਗਾ, ਔਰ ਇਸ ਤੋਂ ਬਾਅਦ ਇਹਦੇ ਨਾਲ ਇਹਦਾ ਭਰਾ ਸੀ ਭਾਈ ਨਿਧਾਨ ਸਿੰਘ ਵੜੈਸ਼। ਸੋ ਸੁਲਤਾਨ ਸਿੰਘ ਵੜੈਸ਼ ਅਤੇ ਨਿਧਾਨ ਸਿੰਘ ਵੜੈਸ਼ ਦੋਵੇਂ ਜਿਹੜੇ ਨੇ ਭਾਈ ਦੇਸ ਰਾਜ ਵੜੈਸ਼ ਦੇ ਪੁੱਤਰ ਸਨ, ਜਿਹੜਾ ਉਹ ਜਿਹਦੀ ਮੌਤ 'ਤੇ ਪੱਟੀ ਸਮਾਗਮ ਹੋਇਆ ਸੀ ਜਿੱਥੋਂ ਇਹ ਸਾਰੇ ਤੁਰੇ ਸਨ, ਔਰ ਜਿਹੜਾ ਨਿਧਾਨ ਸਿੰਘ ਵੜੈਸ਼ ਹੈ ਇਹ ਭਾਈ ਮਾਈ ਭਾਗੋ ਦਾ, ਮਾਈ ਭਾਗ ਕੌਰ ਦਾ ਘਰ ਵਾਲਾ ਸੀ। ਇਸ ਤਰ੍ਹਾਂ ਭਾਈ ਖੁਸ਼ਹਾਲ ਸਿੰਘ ਅਤੇ ਦਰਬਾਰੀ ਸਿੰਘ ਜਿਹੜਾ, ਅਤੇ ਕਰਭਾਰੀ ਸਿੰਘ, ਖੁਸ਼ਹਾਲ ਸਿੰਘ ਜਿਹੜੇ, ਦਰਬਾਰੀ ਸਿੰਘ ਅਤੇ ਖੁਸ਼ਹਾਲ ਸਿੰਘ ਜਿਹੜੇ ਆ, ਇਹਨਾਂ ਦੇ ਨਾਂ ਵੀ ਮਿਲਦੇ ਹਨ। ਇਹਨਾਂ 'ਚੋਂ ਜਿਹੜਾ ਖੁਸ਼ਹਾਲ ਸਿੰਘ ਹੈ ਉਹਦੇ ਦੋਵੇਂ ਪੁੱਤਰ ਸੀ ਕਰਭਾਰੀ ਸਿੰਘ ਅਤੇ ਦਰਬਾਰੀ ਸਿੰਘ, ਅਤੇ ਖੁਸ਼ਹਾਲ ਸਿੰਘ ਅਤੇ ਦਰਬਾਰੀ ਅਤੇ ਕਰਭਾਰੀ, ਇਹ ਜਿਹੜੇ ਨੇ ਗੁਰੂ ਅਮਰਦਾਸ ਸਾਹਿਬ ਦੀ ਬੰਸ ਵਿੱਚੋਂ, ਪੰਡਾ ਖਾਨਦਾਨ ਵਿੱਚੋਂ ਕਹੇ ਜਾਂਦੇ ਨੇ। ਸੋ ਬਾਕੀਆਂ ਦੇ ਨਾਂ ਨਹੀਂ ਮਿਲਦੇ, ਇਹ ਹਨ ਜਿਹੜੇ ਸਾਡੇ ਕੋਲ ਭੱਟ ਵਹੀਆਂ ਵਿੱਚ ਜਿਹੜੇ ਨਾਂ ਮਿਲਦੇ ਆ। ਇਹ ਸੀ ਘਟਨਾ ਜਿਹੜੀ ਕਿ ਜਿਹਦੇ 'ਚੋਂ ਅਸੀਂ ਕਹਿੰਦੇ ਵੀ ਮੁਕਤਸਰ ਦੇ 40 ਮੁਕਤੇ ਨੇ, ਵੈਸੇ ਅਨੰਦਪੁਰ ਸਾਹਿਬ ਦੇ 40 ਮੁਕਤੇ ਹੋਰ ਨੇ, ਚਮਕੌਰ ਦੇ 40 ਮੁਕਤੇ ਹੋਰ ਨੇ, ਔਰ ਇੱਕ ਆਲੋਵਾਲ ਦੀ ਜਿਹੜੀ ਹੈ ਉਹ 1711 ਦੀ ਘਟਨਾ ਹੈ, ਉਹਦੇ ਜਿਹੜੇ ਨੇ 40 ਮੁਕਤੇ, ਜਿਨ੍ਹਾਂ ਨੂੰ ਆਲੋਵਾਲ ਪਿੰਡ 'ਚ ਜਿਉਂਦਿਆਂ ਨੂੰ ਜਿਹੜਾ ਜ਼ਮੀਨ 'ਚ ਬਾਦਸ਼ਾਹ ਦੇ ਹੁਕਮ 'ਤੇ 11 ਅਕਤੂਬਰ 1711 ਦੇ ਦਿਨ ਕੱਢ ਦਿੱਤਾ ਗਿਆ ਸੀ, ਉਹ ਹੋਰ ਨੇ। ਸੋ ਇਹ ਸਨ ਜਿਹੜਾ ਵਿਦਾਵੇ ਦੀ ਅਸਲ ਗੱਲ ਕੀ ਹੈ ਉਹ ਤੁਹਾਡੇ ਨਾਲ ਜ਼ਿਕਰ ਕੀਤੀ ਹੈ, ਅਤੇ ਇਹ ਸਨ ਮੁਕਤਸਰ ਦੇ 40 ਮੁਕਤੇ। ਸ਼ੁਕਰੀਆ।